ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬادله ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਮਹਾ ਡਿਵਿਡ ਤੋਂ ਪਹਿਲਾਂ ਚੰਡੀਗੜ੍ਹ ਤੋਂ ਆਇਆ ਪੂਨਾ ਆਪ ਵਿਧਾਇਕਾਂ ਤੇ ਨੇਤਾਵਾਂ ਨੂੰ ਸਖਤ ਹੁਕਮ ਜਾਰੀ ਮੈਂ ਪੰਜਾਬ ਬੋਲਦਾ ਹਾਂ ਦੇ ਮਹਾਂ ਡਿਬੇਟ ਅੱਜ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਰੱਖੀ ਗਈ ਐਸ ਡਿਬੇਟ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਚਰਚਾ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੀ ਖੁੱਲੀ ਬਹਿਸ ਅੱਜ ਦੁਪਹਿਰ 12:00 ਵਜੇ ਸ਼ੁਰੂ ਹੋ ਜਾਵੇਗੀ ਪਾਰਟੀ ਸੂਤਰਾਂ ਦੇ ਮੁਤਾਬਕ ਚੰਡੀਗੜ੍ਹ ਤੋਂ ਆਏ ਪੁੰਦ ਵਿੱਚ ਕਿਹਾ ਗਿਆ ਕਿ ਪਾਰਟੀ ਦਾ ਕੋਈ ਵੀ ਵਿਧਾਇਕ ਚੇਅਰਮੈਨ ਜਾਂ ਹੋਰ ਆਹੁਦੇਦਾਰ ਡਿਬੇਟ ਦੌਰਾਨ ਨਾ ਤਾਂ ਹਾਲ ਦੇ ਵਿੱਚ ਹੋਣਾ ਚਾਹੀਦਾ ਤੇ ਨਾ ਹੀ ਪੀਏਯੂ ਦੇ ਗੇਟ ਦੇ ਬਾਹਰ ਦੱਸਿਆ ਗਿਆ ਕਿ ਆਪ ਸਰਕਾਰ ਅਤੇ ਪਾਰਟੀ ਦਾ ਮਕਸਦ ਹੈ ਡਿਬੇਟ ਦੌਰਾਨ ਹਾਲ ਦੇ ਵਿੱਚ ਜਿਆਦਾ ਤੋਂ ਜਿਆਦਾ ਪਬਲਿਕ ਹੋਣੀ ਚਾਹੀਦੀ ਹੈ ਤਾਂ ਕਿ ਜਨਤਾ ਨੂੰ ਐਸਬੀਐਲ ਮੁੱਦੇ ਦੀ ਸਾਰੀ ਅਸਲੀਅਤ ਪਤਾ ਲੱਗ ਸਕੇ ਮਹਾ ਡਿਬੇਟ ਦੇ ਲਈ ਆਉਂਦੇ ਹੋਏ ਸਾਬਕਾ ਸੀਐਮ ਚੰਨੀ ਨੂੰ ਲੁਧਿਆਣਾ ਦੇ ਵਿੱਚ ਨਹੀਂ ਮਿਲੀ ਐਂਟਰੀ ਅੱਜ ਯਾਨੀ ਕਿ 1 ਨਵੰਬਰ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਹੁਣ ਜਾਰੀ ਮਹਾਂ ਡਿਬੇਟਾਂ ਮੈਂ ਪੰਜਾਬ ਬੋਲ ਦਾ ਹਾਂ ਤੇ ਵਿੱਚਾ ਕੌਣ-ਕੌਣ ਭਾਗ ਲਵੇਗਾ ਇਸ ਨੂੰ ਲੈ ਕੇ ਹਜੇ ਤੱਕ ਸਸਪੈਂਸ ਬਣਿਆ ਹੋਇਆ ਹੈ ਮੰਗਲਵਾਰ ਸ਼ਾਮ ਤੱਕ ਆਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਅਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਹੇ ਸ਼ਰਤਾਂ ਤੇ ਮਹਾਂ ਡਿਬੇਟ ਦੇ ਵਿੱਚ ਆਉਣ ਦੀ ਗੱਲ ਕਹੀ ਇਸ ਤੋਂ ਇਲਾਵਾ ਸੁਨੀਲਾ ਜਾਖੜਾ ਤੇ ਪ੍ਰਤਾਪ ਸਿੰਘ ਬਾਯਾਬਾ ਦੀ ਆਮਦ ਨੂੰ ਲੈ ਕੇ ਵੀ ਭੰਬਲ ਪੂਸਾ ਬਣਿਆ ਹੋਇਆ ਤੇ ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਹਾਂੜਵੇੜ ਦੇ ਵਿੱਚ ਹਿੱਸਾ ਲੈਣ ਦੇ ਲਈ ਆਉਂਦੇ ਹੋਏ ਸਾਬਕਾ ਸੀਐਮ ਚੰਨੀ ਨੂੰ ਰੋਕਿਆ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਹ ਅੱਜ ਬਹਿਸ ਲਈ ਆ ਰਹੇ ਸਨ ਪਰ ਉਹਨਾਂ ਨੂੰ ਲੁਧਿਆਣਾ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਕਾਫਲੇ ਨੂੰ ਵਾਪਸ ਮੋੜ ਦਿੱਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਟ ਮੰਤਰੀ ਗੁਰਮੀਤ ਸਿੰਘਾ ਖੋਡੀਆਂ ਯੂਨੀਵਰਸਿਟੀ ਪੁੱਜੇ ਅਤੇ ਸੁਰੱਖਿਆ ਦੀ ਜਾਂਚ ਕਰਕੇ ਵਾਪਸ ਪਰਤ ਗਏ ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਤੇ ਸਾਰਿਆਂ ਨੂੰ ਐਸਾ ਬਹਿਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਤੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਰਾਜਪਾਲ ਨੇ ਦੋ ਮਣੀ ਬਿੱਲਾਂ ਤੇ ਲਾਈ ਮੋਹਰ ਤਾਂ ਦੋਸਤੋ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਪਹਿਲਾਂ ਸੂਬਾ ਸਰਕਾਰ ਦੇ ਵੱਲੋਂ ਭੇਜੇ ਗਏ ਦੋ ਮਣੀ ਬਿੱਲਾਂ ਨੂੰ ਹੁਣ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਸੁਪਰੀਮ ਕੋਰਟ ਦੇ ਵਿੱਚ ਮਣੀ ਬਿੱਲਾਂ ਨੂੰ ਰੋਕੇ ਜਾਣ ਦੇ ਮਾਮਲੇ ਦੇ ਵਿੱਚ ਸੁਣਵਾਈ 3 ਨਵੰਬਰ ਨੂੰ ਹੋਣੀ ਹੈ ਅਗਲੀ ਖਬਰ ਹੈ ਤਿਹਾੜੀ ਸੀਜ਼ਨ ਦੇ ਵਿੱਚ ਅਸਮਾਨ ਨੂੰ ਸ਼ੂਨ ਗੰਗਾ ਗਹਿਣਾਂ ਦੀਆਂ ਕੀਮਤਾਂ ਜਾਣੋ ਕਿੰਨੀ ਵਧੇਗੀ ਕੀਮਤ ਤਾਂ ਉਸ ਤੋਂ ਭਾਰਤ ਵਿੱਚ ਤਿਹਾੜੀ ਸੀਜ਼ਨ ਦੇ ਵਿੱਚ ਸੋਨਾ ਖਰੀਦਣਾ ਸ਼ੋਭਾ ਮੰਨਿਆ ਜਾਂਦਾ ਹਰ ਸਾਲ ਤਿਹਾੜੀ ਸੀਜ਼ਨ ਦੇ ਦੌਰਾਨ ਸੋਨੇ ਦੀ ਮੰਗ ਵਧ ਜਾਂਦੇ ਆ ਲੋਕ ਸੋਨਾ ਖਰੀਦਦੇ ਹਨ ਤਾਂ ਜੋ ਉਹ ਇਸ ਨੂੰ ਨਿਵੇਸ਼ ਦੇ ਤੌਰ ਤੇ ਰੱਖ ਸਕਣ ਜਾਂ ਕਿਸੇ ਨੂੰ ਤੋਹਫੇ ਵਜੋਂ ਦੇ ਸਕਣ ਉਰੀ ਦੁਨੀਆ ਦੇ ਵਿੱਚ ਜਿਵੇਂ ਮੰਗਾਈ ਲਗਾਤਾਰ ਵੱਧੇ ਨਜ਼ਰ ਆ ਰਿਹਾ ਹੈ ਜਾਇਦੇ ਵਿੱਚ ਲੋਕ ਸੁਣਦੇ ਵਿੱਚ ਨਿਵੇਸ਼ ਕਰਨਾ ਬਿਹਤਰ ਸਮਝਦੇ ਹਨ ਇਸ ਵਿੱਚ ਡੁੱਬਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਕਾਰਨ ਜਦੋਂ ਤਿਹਾਰਾਂ ਦੇ ਦੌਰਾਨ ਮੰਗ ਵਾਜ ਜਾਂਦੀ ਹੈ ਤਾਂ ਦੀਆਂ ਕੀਮਤਾਂ ਵੀ ਵਾਜ ਜਾਂਦੀਆਂ ਤੇ ਦੀਵਾਲੀ ਤੋਂ ਪਹਿਲਾਂ ਤਾਂ ਤੇ ਰਸਤੇ ਦੇਸ ਵਿੱਚ ਸੁਣ ਦੀ ਖਰੀਦਦਾਰੀ ਹੁੰਦੀ ਹੈ ਇਸ ਕਾਰਨ ਤਿਹਾਰਾਂ ਦੌਰਾਨ ਸੁਣ ਦੀ ਮੰਗ ਹੋਰ ਵੀ ਵਾਜ ਜਾਂਦੀ ਹੈ ਲੋਕ ਸੁਣ ਦੇ ਛਕੀ ਨਨ ਇਤਸ ਨੂੰ ਨਿਵੇਸ਼ ਦੇ ਅਦੇਸ਼ਾਂ ਦੇ ਲਈ ਖਰੀਦੇ ਹਨ ਕਿਉਂਕਿ ਇਹ ਗਲੋਬਲ ਬਾਜ਼ਾਰਾਂ ਦੇ ਵਿੱਚ ਆਨਿਸ਼ਚਿਤਤਾ ਦੇ ਸਮੇਂ ਦੇ ਵਿੱਚ ਇੱਕ ਸੁਰੱਖਿਆ ਪਨਾਹ ਸੰਪਤੀ ਮੰਨਿਆ ਜਾਂਦਾ ਪਿਛਲੇ ਸਾਲ ਦੀਵਾਲੀ ਤੋਂ ਲੈ ਕੇ ਹੁਣ ਤੱਕ ਸੋਨੇ ਨਾ ਕੀਮਤਾਂ ਦੇ ਵਿੱਚ 20% ਤੋਂ ਜ਼ਿਆਦਾ ਦਾ ਟਰਨ ਦੱਤਾ ਹੈ ਘਰੇਲੂ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਲਗਭਗ 10000 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 60700 ਰੁਪਏ ਹੋ ਗਿਆ ਅਮੀਰਾ ਕੇ ਆਉਣ ਵਾਲੇ ਤਿਹਾੜੀ ਸੀ ਜਨਾਂ ਦੇ ਮੱਦੇ ਨਜ਼ਰ ਸੂਣੀਆਂ ਕੀਮਤਾਂ ਉੱਚੀਆਂ ਰਹਿਣਗੀਆਂ ਤੇ ਚੰਗਾਰ ਟਰਨ ਦਿੰਦੀਆਂ ਰਹਿਣਗਾਂ ਛੁੱਟੀਆਂ ਹੀ ਛੁੱਟੀਆਂ ਨਵੰਬਰ ਮਹੀਨੇ ਦੇ ਵਿੱਚ 15 ਦਿਨ ਬੰਦ ਰਹਿਣਗੇ ਬੈਂਕਾਂ ਭਾਰਤੀ ਰਿਜ਼ਰਵ ਬੈਂਕ ਆਰਬੀ ਨੇ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਦੇਸ਼ ਭਰ ਦੇ ਵੱਖ-ਵੱਖ ਸ਼ਰਨ ਵਿੱਚ ਵੱਖ-ਵੱਖ ਤਿਹਾੜਿਆਂ ਤੇ ਰਾਸ਼ਟਰੀ ਸਮਾਗਮਾਂ ਦੇ ਲਈ ਬੈਂਕਾਂ 15 ਦਿਨਾਂ ਦੇ ਲਈ ਬੰਦ ਰਹਿਣਗੇ ਦਾਦੀਏ ਕਿ ਚਾਹੇ ਬੈਂਕਾਂ ਬੰਦ ਰਹਿਣਗੇ ਪਰ ਆਨਲਾਈਨ ਬੈਂਕਿੰਗ ਸੇਵਾਵਾਂ ਨਰਬਿਗਣਾ ਚੱਲਦੀਆਂ ਰਹਿਣਗੀਆਂ ਮੋਬਾਈਲ ਬੈਂਕਿੰਗ ਆ ਯੂਪੀਆਈ ਤੇ ਇੰਟਰਨੈਟ ਬੈਂਕਿੰਗ ਸਮੇਤ ਸਾਰੀਆਂ ਡਿਜੀਟਲ ਸੇਵਾਵਾਂ ਵੀ ਬੈਂਕਾਂ ਛੁੱਟੀਆਂ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ ਵੱਖ-ਵੱਖ ਰਾਜਾਂ ਦੇ ਵਿੱਚ ਬੈਂਕ ਨਵੰਬਰ ਮਹੀਨੇ ਦੇ ਵਿੱਚ 15 ਦਿਨਾਂ ਦੇ ਲਈ ਬੰਦ ਰਹਿਣਗੇ ਅਮਰitsar ਤੋਂ ਇਟਲੀ ਦੇ ਬੈਰੂਨਾ ਸ਼ਹਿਰ ਵਿੱਚਕਾਰ ਅੱਜ ਸ਼ੁਰੂ ਹੋਵੇਗੀ ਪਹਿਲੀ ਫਲਾਈਟ ਤਾਂ ਦੋਸਤੋ ਇਟਲੀ ਦੀ ਨਿਓਸ 에어ਲਾਈਨ 1 ਨਵੰਬਰ ਤੋਂ ਅਮਰitsar ਤੋਂ ਇਟਲੀ ਦੇ ਸ਼ਹਿਰ ਬੈਰੂਨਾ ਵਿੱਚਕਾਰ ਪਹਿਲੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ ਪਹਿਲਾਂ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਤੋਂ ਬੈਰੂਨਾ ਲਈ ਕੋਈ ਉਡਾਣ ਨਹੀਂ ਜਾਂਦੀ ਸੀ ਸ਼ੁਰੂਆਤ ਵਿੱਚ 186 ਸੀਟਾਂ ਵਾਲਾ ਬੋਇੰਗ 737 ਮੈਕਸ ਜਹਾਜ਼ ਦੁਮਾਏ ਸ਼ਹਿਰਾਂ ਵਿਚਾਲੇ ਯਾਤਰੀਆਂ ਦੀ ਆਵਾਜਾਈ ਕਰੇਗਾ ਅਮਰitsar ਤੋਂ ਬੈਰੂਨਾ ਦਾ ਇੱਕ ਇੱਕ ਤਰਫਾ ਕਿਰਾਇਆ ਲਗਭਗ ਸਾਡੇ 46000 ਰੁਪਏ ਹੋਵੇਗਾ ਦੇ ਨਾਲ ਹੀ ਬਰੋਨਾ ਤੋਂ ਅਮਰਤ ਸਰ ਦਾ ਕਿਰਾਇਆ ਕਰੀਬ 30000 ਰੁਪਏ ਹੋਵੇਗਾ। ਅਗਲੀ ਖਬਰ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਦੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੇ ਗੱਡੀਆਂ ਰੱਖਣ ਤੇ ਪਾਬੰਦੀ। ਤਾਂ ਦੋਸਤੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਹੁਕਮ ਜਾਰੀ ਕਰਕੇ ਕਿਹਾ ਕਿ ਜਿਨ੍ਹਾਂ ਹੋਸਟਲਰਾਂ ਦੇ ਕੋਲ ਆ ਗੱਡੀਆਂ ਹਨ ਤੇ ਉਹਨਾਂ ਨੂੰ ਆਪਣੇ ਵਹੀਕਲ ਘਰ ਛੱਡਨੇ ਪੈਣਗੇ। ਪੰਜਾਬ ਯੂਨੀਵਰਸਿਟੀ ਦੇ ਬੈਚਾਂ ਹੋਸਟਲਰਾਂ ਦੇ ਅਗਾੜੀਆਂ ਤੇ ਪਾਬੰਦੀ ਲਗਾਈ ਜਾ ਰਹੀ ਹੈ ਇਹ ਹੁਕਮ 16 ਨਵੰਬਰ ਤੋਂ ਲਾਗੂ ਹੋ ਜਾਵੇਗਾ ਤਿਹਾਰਾਂ ਦੇ ਦੌਰਾਨ ਐਕਸ਼ਨ ਦੇ ਵਿੱਚ ਐਫਐਸਐਸ ਏਆਈ ਮਠਿਆਈਆਂ ਦੇ ਵਿੱਚ ਮਲਾਵਟ ਰੋਕਣ ਦੇ ਲਈ ਵਿਦਾਈ ਨਿਗਰਾਨੀ ਤਾਂ ਉਸ ਤੋਂ ਦੀਵਾਲੀ ਦੇ ਤਿਹਾਰ ਦੌਰਾਨ ਮਠਿਆਈਆਂ ਦੇ ਵਿੱਚ ਮਲਾਵਟ ਦੀ ਜਾਂਚ ਕਰਨ ਦੇ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਐਕਸ਼ਨ ਦੇ ਵਿੱਚ ਆ ਗਿਆ ਤੇ ਉਹਨਾਂ ਨੇ ਇਸ ਪਰ ਦੇ ਵਿੱਚ ਆਪਣੇ 4000 ਸੁਭਾ ਪਦਰੀ ਅਧਿਕਾਰਾਂ ਨੂੰ ਮਠਿਆਈ ਪਰ ਚੂਨਾ ਬਕਰੇਤਾਵਾਂ ਅਤੇ ਬਣਾਉਣ ਵਾਲਿਆਂ ਦੇ ਨਿਗਰਾਨੀ ਤੇਜ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ ਭਾਰਤ ਦੇ ਵਿੱਚ ਸਭ ਤੋਂ ਵੱਧ ਦਾ ਮਲਾਵਟ ਦੁੱਧ ਵਿੱਚ ਕੀਤਾ ਜਾਂਦੀ ਹੈ ਤੇ ਜ਼ਿਆਦਾਤਰ ਮਠਿਆਈਆਂ ਦੁੱਧ ਦੇ ਉਤਪਾਦਾਂ ਤੋਂ ਹੀ ਬਣਾਈਆਂ ਜਾਂਦੀਆਂ ਹਨ ਐਫਐਸਐਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ ਕਮਲਾ ਵਰਦਨ ਰਾਵ ਨੇ ਈਟ ਰਾਈਟਰ ਸਿਮਟਮੋਕੇ ਪੱਤਰਕਾਰਾਂ ਨੂੰ ਕਿਹਾ ਕਿ ਆਮ ਤੌਰ ਤੇ ਦੀਵਾਲੀ ਦੇ ਤਿਹਾਰ ਤੇ ਮਠਿਆਈਆਂ ਦੀ ਖਾफत ਵਧ ਜਾਂਦੀ ਹੈ ਤੇ ਅਸੀਂ ਸੂਬਿਆਂ ਅਤੇ ਕੇਂਦਰ ਸਿਹਤ ਪ੍ਰਦੇਸ਼ਾਂ ਦੇ ਵਿੱਚ ਆਪਣੇ ਅਧਿਕਾਰੀਆਂ ਨੂੰ ਮਠਿਆਈਆਂ ਦੇ ਵਿੱਚ ਮਿਲਾਵਟ ਦੀ ਜਾਂਚ ਦੇ ਲਈ ਨਿਗਰਾਨੀ ਤੇਜ਼ ਕਰਨ ਦਾ ਹੁਕਮ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਸੁੱਬੇ ਦੇ ਖੁਰਾਕ ਸੁਰੱਖਿਆ ਅਧਿਕਾਰੀਆਂ ਨੂੰ ਦੁਕਾਨਾਂ ਦਾ ਨਰੇਖਣ ਕਰਨਾ ਤੇ ਗੁਣਵੱਤਾ ਦੀ ਜਾਂਚ ਦੇ ਲਈ ਨਮੂਨੇ ਇਕੱਠੇ ਕਰਨ ਦੇ ਲਈ ਕਿਹਾ ਗਿਆ ਹੈ ਦਬਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਹੋਇਆ ਇਨਾ ਵਾਦਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਸੂਧਾ ਕਰਦਿਆਂ ਤੇ ਧਿਆਨ ਦੇ ਸੀਜ਼ਨ ਦੇ ਦੌਰਾਨ 30 ਅਗਸਤ ਨੂੰ ਸਰਕਾਰ ਨੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਟੌਤੀ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਐਸ ਮਹੀਨੇ ਦੀ ਪਹਿਲੀ ਤਰੀਕ ਜਾਣੀ ਕਿ ਅੱਜ 1 ਨਵੰਬਰ 2023 ਤੋਂ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਅਤੇ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਾਚ 103 ਰੁਪਏ ਦਾ ਵਾਅਦਾ ਕੀਤਾ ਗਿਆ ਦੀਵਾਲੀ ਤੋਂ ਪਹਿਲਾਂ ਗੈਸ ਦੀਆਂ ਕੀਮਤਾਂ ਦੇ ਵਾਚ ਇਹ ਵਾਅਦਾ ਵਪਾਰਕ ਅਪਭੋਗਤਾਵਾਂ ਦੀਆਂ ਜੇਬਾਂ ਤੇ ਭਾਰੀ ਪਵੇਗਾ IOCL ਦੀ ਵੈਬਸਾਈਟ ਦੇ ਮੁਤਾਬਕ ਅੱਜ ਤੋਂ ਰਾਜਧਾਨੀ ਦਿੱਲੀ ਦੇ ਵਾਚ 19 ਕਿਲੋ ਦਾ ਵਪਾਰਕ LPG ਸਿਲੰਡਰ 1733 ਰੁਪਏ ਵਿੱਚ ਮਿਲੇਗਾ ਜਦੋਂ ਕਿ ਪਹਿਲਾਂ 1731 ਰੁਪਏ ਦੇ ਬੇਚਿਆ ਮਿਲਦਾ ਸੀ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਦਾ ਛਾਪਾ ਈਡੀ ਨੇ ਪੰਜਾਬ ਦੇ ਮੋਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 71 ਸਥਿਤ ਘਰ ਤੇ ਛਾਪਾ ਮਾਰਿਆ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਈਡੀ ਨੇ ਵਿਧਾਇਕ ਦੇ ਘਰ ਛਾਪਾ ਮਾਰਿਆ ਹੈ ਈਡੀ ਵੱਲੋਂ ਅਮਰਸਰ ਤੋਂ ਦੇਣਾ ਤੇ ਮੋਹਾਲੀ ਵਿੱਚ ਸ਼ਰਾਬ ਕਾਰੋਬਾਰੀਆਂ ਦੇ ਘਰਾਂ ਕਲਾਪੇ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕੁਲਵੰਤ ਸਿੰਘ ਆਮ ਆदमी ਪਾਰਟੀ ਦੇ ਮਹਾਲੀ ਤੋਂ ਵਿਧਾਇਕ ਹਨ ਈੜੀ ਕੁਲਵੰਤ ਸਿੰਘ ਦੇ ਦਫ਼ਤਰ ਅਤੇ ਘਰ ਦੇ ਦਸਤਾਵੇਜ਼ਾਂ ਦੀ ਜਾਂਚ ਕਰੀ ਅਧਿਕਾਰੀਆਂ ਦੇ ਵੱਲੋਂ ਹਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਿਆ ਕਿ ਇਹ ਛਾਪੇ ਮਾਰੀ ਕਿਸ ਮਾਮਲੇ ਦੇ ਵਿੱਚ ਕੀਤੀ ਗਿਆ ਹਾਲਾਂਕਿ ਇੱਕ ਨਿਊਜ਼ ਏਜੰਸੀ ਦੇ ਮੁਤਾਬਕਾ ਅਜਿਹਾ ਰੈੱਡ ਡਰੱਗ ਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਵਿੱਚ ਹੋਇਆ ਤੇ ਈੜੀ ਦੀ A ਕਾਰਪੀ ਪੰਜਾਬ ਪੁਲਿਸ ਵੱਲੋਂ ਮਨੀ ਲਾਂਡਰਿੰਗ ਨਾਲ ਸੰਬੰਧਿਤ ਦਰਜ ਕੀਤੇ ਗਏ ਨਾਰਕੋਟਿਕਸ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਤੋਂ ਬਾਅਦ ਕੀਤੀ ਗਈ ਹੈ। ਇਸ ਦੇ ਨਾਲ ਹੀ ਅਮਰitsar ਦੇ ਰਣਜੀਤ ਐਵੇਨਿਊ ਸਥਿਤ ਵਿਧਾਇਕ ਦੀ ਭਾਈਵਾਲੀ ਫਾਰਮ ਤੇ ਵੀ ED ਟੀਮਾਂ ਪਹੁੰਚ ਗੰੰਤ ਦੱਸਿਆ ਜਾ ਰਿਹਾ ਹੈ ਕਿ ਮਹਾਲੀ ਅਮਰitsar ਜਲੰਧਰ ਲੁਧਿਆਣਾ ਦੇ ਨਾਲ-ਨਾਲ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸਮੇਤ ਪੂਰੇ ਪੰਜਾਬ ਦੇ ਵਿੱਚ ਤਲਾਸ਼ੀ ਜਾਰੀ ਹੈ ਤੇ ਇਸ ਦੌਰਾਨ ਮਹਾਲੀ ਦਾ ਵੱਡਾ CAB ਈਡੀ ਦੇਰ ਡਾਰਤੇ ਹੈ